ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਵੱਲ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਅੱਜ ਦੇ ਵੀਰਵਾਰ ਦੇ ਖਬਰ ਅਤੇ ਨਜ਼ਰ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਨਿੱਘੀ ਜੀ ਆਏ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਅਤੇ ਨਜ਼ਰ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਰਾ 'ਚ ਲੋਕੇਸ਼ਨਸ ਨੇ। ਕਾਲ ਨਿਮਾ ਸਹੋਤਾ 209-270-0113। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ, ਨੌਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਦੇ ਲਈ ਇਹਨਾਂ ਦੀ ਲੋਕੇਸ਼ਨਸ ਦੀ ਜਾਣਕਾਰੀ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ, shikagopizzatwist.com, ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਸਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਲੈ ਕੇ ਦਿੰਦੇ ਹਨ। ਕਾਲ ਫਰਾਂਸਿਸ ਕੋਰਵੇਰਾ 509-800-0590 ਜਾਂ 509-374-4541 ਦੇ ਉੱਤੇ ਅਜੀਤ ਅਟਵਾਲ ਹੋਣਾ ਨੂੰ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਆਪਾਂ ਸ਼ੁਰੂ ਕਰਦੇ ਹਾਂ। ਕਹਿੰਦੇ ਇੱਕ ਹੋਰ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਹੁਕਮ ਦੀ ਹੋਈ ਅਦੁੱਲੀ, ਨਿਆਂ ਪ੍ਰਬੰਧ ਬੇਵਸ। ਬਿਲਕੁਲ ਬੇਵਸ ਵੀ ਹੈ ਤੇ ਮੇਰੇ ਖਿਆਲ ਦੇ ਨਾਲ ਇਹਨਾਂ ਤੋਂ ਦੁਖੀ ਵੀ ਹੈ ਨਿਆਂ ਪ੍ਰਬੰਧ, ਕਿਉਂਕਿ ਜਿਹੜੇ ਲੋਕ ਇਸ ਸਮੇਂ ਅਫਸਰਸ਼ਾਹੀ ਦੀ ਅਗਵਾਈ ਕਰਦੇ ਪਏ ਆ, ਏਦਾਂ ਕਹਿ ਲਈਏ ਕਿ ਅਗਵਾਈ ਕਰੀ ਬੈਠੇ ਆ ਅਫਸਰਸ਼ਾਹੀ ਨੂੰ, ਉਹਨਾਂ ਲੋਕਾਂ ਤੋਂ ਕਿਤੇ ਨਾ ਕਿਤੇ ਖਫਾ ਜ਼ਰੂਰ ਆ। ਕਾਨੂੰਨ ਜੋ ਇਸ ਸਮੇਂ ਲਾਗੂ ਹੋਣਾ ਚਾਹੀਦਾ, ਜਿਸ ਸ਼ਿੱਦਤ ਦੇ ਨਾਲ ਲਾਗੂ ਹੋਣਾ ਚਾਹੀਦਾ, ਜਿੱਦਾਂ ਇਹ ਉਹਨੂੰ ਟਿੱਚ ਜਾਣਦੇ ਆ, ਉਹ ਤੋਂ ਮੇਰੇ ਖਿਆਲ ਦੇ ਨਾਲ ਨਿਆਂ ਪ੍ਰਬੰਧ ਆ ਜਿਹੜਾ ਉਹ ਆਪਣੇ ਆਪ ਦੇ ਵਿੱਚ ਸੰਤੁਸ਼ਟ ਨਹੀਂ ਹੋਏਗਾ। ਸੋ ਇਹ ਮੌਕਾ ਹੈ ਜਿਹੜਾ ਉਹ ਐਤਕੀ ਬਣਿਆ ਵਾ ਡਿਫਾਲਟਰਾਂ ਨੂੰ ਲੈ ਕੇ, ਕਿਉਂਕਿ ਤੁਹਾਨੂੰ ਯਾਦ ਹੋਣਾ 2-2.5 ਸਾਲ ਪਹਿਲਾਂ ਇੱਕ ਸੁਣਵਾਈ ਹੋਈ ਸੀ ਸੁਪਰੀਮ ਕੋਰਟ ਦੇ ਵਿੱਚ। ਮੰਗ ਕੀਤੀ ਗਈ ਸੀਗੀ ਕਿ ਜਿੰਨੇ ਵੱਡੇ ਡਿਫਾਲਟਰ ਆ ਉਹਨਾਂ ਦੀ ਸੂਚੀ ਆ ਜਿਹੜੀ ਜਨਤਕ ਕੀਤੀ ਜਾਵੇ ਜੀ, ਤਾਂ ਕੇਂਦਰ ਨੇ ਵੀ ਜਾ ਕੇ ਇਹਦੇ ਤੇ ਵਿਰੋਧ ਜਤਾਇਆ ਸੀਗਾ, RBI ਨੇ ਵੀ ਵਿਰੋਧ ਜਤਾਇਆ ਸੀਗਾ, ਪਰ ਬਾਵਜੂਦ ਇਸ ਤੇ, ਕਿਉਂਕਿ ਇਹ ਅਸਲ ਦੇ ਵਿੱਚ ਕਹਾਣੀ ਕਿੱਥੋਂ ਤੁਰੀ ਸੀਗੀ, ਕਿਸੇ ਨੇ RTI ਪਾ ਦਿੱਤੀ ਸੀਗੀ RBI ਕੋਲ ਕਿ ਸਾਨੂੰ ਵੱਡੇ ਡਿਫਾਲਟਰਾਂ ਦੀ ਸੂਚੀ ਦਿਓ, ਤੇ ਉਹਨਾਂ ਨੇ ਬੇਨਤੀ ਤੋਂ ਇਨਕਾਰ ਕਰ ਦਿੱਤਾ। ਮਾਮਲਾ ਫਿਰ ਕੇਂਦਰੀ ਸੂਚਨਾ ਕਮਿਸ਼ਨ ਦੇ ਕੋਲੇ ਗਿਆ, ਚਲਾ ਕੇਂਦਰੀ ਸੂਚਨਾ ਕਮਿਸ਼ਨ ਨੇ ਆਖਿਆ ਤੁਹਾਨੂੰ ਜਾਣਕਾਰੀ ਦੇਣੀ ਪਊਗੀ। ਤਾਂ ਇਹਨਾਂ ਨੇ ਜੋ ਦਲੀਲ ਦਿੱਤੀ ਸੀਗੀ ਕਿ ਦੇਖੋ ਜੀ ਸਾਡਾ ਬੈਂਕਿੰਗ ਸੈਕਟਰ ਦਾ ਆਪਣਾ ਇੱਕ ਤੰਗ ਹੈ, ਲੋਕ ਜਿਹੜੇ ਆ ਇਹ ਬਹੁਤ ਪ੍ਰਤਿਸ਼ਠਤ ਲੋਕ ਆ, ਇਹਨਾਂ ਦੀ ਇਸ ਤਰ੍ਹਾਂ ਪਛਾਣ ਜਨਤਕ ਹੈ ਜਿਹੜੀ ਉਹ ਬੈਂਕਿੰਗ ਸੈਕਟਰ ਦੇ ਹਿੱਤਕਾਰੀ ਨਹੀਂ ਹੈ। ਤਾਂ ਇਹ ਫਿਰ ਮਸਲਾ ਜਿਹੜਾ ਉਹ ਚਲੇ ਗਿਆ ਕੋਰਟ ਤੱਕ, ਕਿਉਂਕਿ ਕੇਂਦਰੀ ਸੂਚਨਾ ਕਮਿਸ਼ਨ ਦੇ ਹੁਕਮਾਂ ਤੋਂ ਬਾਅਦ ਵੀ ਇਹਨਾਂ ਨੇ ਜਾਣਕਾਰੀ ਨਹੀਂ ਸੀ ਦਿੱਤੀ। ਫਿਰ ਮਸਲਾ ਜਦੋਂ ਸੁਪਰੀਮ ਕੋਰਟ 'ਚ ਚਲੇ ਗਿਆ, ਇਹਨਾਂ ਦੀਆਂ ਲੱਖ ਵਿਰੋਧਤਾਵਾਂ ਦੇ ਬਾਵਜੂਦ ਸੁਪਰੀਮ ਕੋਰਟ ਨੇ ਆਖਿਆ ਸੀਗਾ ਕਿ ਭਾਈ ਤੁਹਾਨੂੰ ਡਿਫਾਲਟਰਾਂ ਦੀ ਸੂਚੀ ਹੈ ਜਿਹੜੀ ਉਹ ਜਨਤਕ ਕਰਨੀ ਪਊਗੀ, ਔਰ ਇਸ ਤੋਂ ਇਲਾਵਾ ਤੁਹਾਨੂੰ ਆਪਣੀ ਵੈਬਸਾਈਟ ਤੇ ਜਿਹੜੇ ਟੋਪਰ ਹੈ ਡਿਫਾਲਟਰ 100 ਮੇਰੇ ਖਿਆਲ ਦੇ ਨਾਲ, ਤਾਂ ਉਹਨਾਂ 100 ਦਾ ਨਾਂ ਆ ਜਿਹੜਾ ਉਹ ਤੁਹਾਨੂੰ ਵੈਬਸਾਈਟ ਤੇ ਚੜ੍ਹਨਾ ਪਊਗਾ। ਪਰ ਬਾਵਜੂਦ ਇਸ ਦੇ ਲਾ ਲਓ ਹਿਸਾਬ, ਇਹ ਮੇਰੇ ਖਿਆਲ ਦੇ ਰਾਜੇ ਮੈਂ ਭੁੱਲਦਾ ਨਹੀਂ, ਇਹ ਕਹਾਣੀ 2015 ਦੇ ਦਸੰਬਰ ਦੀ ਹੈ, ਤੇ ਹੁਣ ਵੇਖ ਲਓ ਕਿ ਭੌਂਕੇ
18 ਦਾ ਦਸੰਬਰ ਆ ਗਿਆ, 3 ਸਾਲ ਹੋ ਗਿਆ। ਹੁਣ ਇਹ ਮਾਮਲਾ ਫੇਰ ਸੁਪਰੀਮ ਕੋਰਟ ਚ ਗਿਆ ਕਿ ਦੇਖੋ ਤੁਹਾਡੇ ਹੁਕਮ ਦੇ ਬਾਵਜੂਦ ਵੀ ਇਹਨਾਂ ਨੇ ਹੁਣ ਤੱਕ ਕੋਈ ਡੱਕਾ ਨਹੀਂ ਤੋੜਿਆ। ਤਾਂ ਇੱਕ ਦਫ਼ਾ ਫਿਰ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਗਿਆ। ਹੁਣ ਸੁਪਰੀਮ ਕੋਰਟ ਦੇਖਦੇ ਹਾਂ ਕਿ ਕਿਸ ਤਰ੍ਹਾਂ ਦਾ ਅੱਗੇ ਰੁੱਖ ਅਖਤਿਆਰ ਕਰਦਾ। ਪਰ ਜਿੱਦਾਂ ਆਪਾਂ ਸਬਰੀਮਾਲਾ ਦੇ ਮਾਮਲੇ ਚ ਦੇਖਿਆ ਜਾਂ ਹੋਰ ਇੱਕਾ ਦੁੱਕਾ ਮਾਮਲਿਆਂ ਚ ਦੇਖਿਆ ਤੇ ਲੱਗਦਾ ਇਹੋ ਹੀ ਆ ਕਿ ਹੁਣ ਇਹੋ ਜਿਹਾ ਮੁਕਾਮ ਹਾਸਿਲ ਕਰਦੇ ਆ ਭਾਰਤ ਦੀ ਰਾਜਨੀਤੀ ਨੇ ਜਿੱਥੇ ਉਹਦੇ ਲਈ ਸੁਪਰੀਮ ਕੋਰਟ ਕੈਗ ਵੈਗ ਇਹ ਸਭ ਕੁਛ ਹੈ ਜਿਹੜੇ ਉਹ ਸਵਾਏ ਇੱਕ ਪੱਥਰ ਦੀ ਵਸਤੂ ਤੋਂ ਕੁਛ ਵੀ ਨਹੀਂ। ਉਹਨਾਂ ਦੀ ਹੈਸੀਅਤ ਜਿਹੜੀ ਆ ਇਹਨਾਂ ਦੀ ਨਿਗਾਹ ਦੇ ਵਿੱਚ ਪੱਥਰ ਦੇ ਇੱਕ ਤਿੰਨ ਤੋਂ ਵੱਧ ਕੁਛ ਨਹੀਂ ਰਹਿ ਗਈ। ਜੀ ਜੀ ਬਿਲਕੁਲ, ਇਸ ਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਐਨ ਜੀ ਟੀ ਨੇ ਪੰਜਾਬ ਨੂੰ ਜਿਹੜਾ ਹੁਣ ਚਾੜਿਆ ਸਖ਼ਤ ਹੁਕਮ, ਪਹਿਲੋਂ ਇਹਨਾਂ ਨੇ ਚੰਗਾ ਜੁਰਮਾਨਾ ਵੀ ਪਾਇਆ ਸੀ। ਦੇਖੋ ਪੰਜਾਬ ਦੇ ਦੁਆਲੇ ਹੋਏ ਆਏ ਚੰਗੀ ਤਰ੍ਹਾਂ ਡੰਡਾ ਲੈ ਕੇ ਤੇ ਜੁਰਮਾਨਾ ਇਹਨਾਂ ਨੇ ਪਾਇਆ ਸੀਗਾ 50 ਕਰੋੜ ਰੁਪਇਆ। ਉਹ ਸੀਗਾ ਪਾਣੀਆਂ ਦੇ ਮੁੱਦੇ ਤੇ, ਹੁਣ ਮਸਲਾ ਸੀਗਾ ਪਰਾਲੀ ਦੇ ਪ੍ਰਦੂਸ਼ਣ ਦਾ। ਯਾਨੀ ਅਲੱਗ ਅਲੱਗ ਦੋ ਹੀ ਪ੍ਰਦੂਸ਼ਣ ਆ। ਵੈਸੇ ਇਹਦੇ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ, ਆਕੀ ਨਹੀਂ ਹੋ ਸਕਦੇ ਕਿ ਸਾਡੇ ਪ੍ਰਦੂਸ਼ਣ ਨਹੀਂ ਹੈ। ਔਰ ਪਰਾਲੀ ਸਾੜਨ ਦਾ ਜਿਹੜਾ ਇਹ ਇੱਕ ਮੌਸਮ ਆਉਂਦਾ, ਇਸ ਮੌਸਮ ਦੇ ਵਿੱਚ ਜਿਸ ਤਰ੍ਹਾਂ ਲੋਕ ਵਿਚਰਦੇ ਆ, ਜਿਸ ਤਰ੍ਹਾਂ ਲੋਕ ਜ਼ਿੰਦਗੀ ਕੱਟਦੇ ਆ, ਉਹ ਇਹ ਲੋਕ ਹੀ ਜਾਣਦੇ ਆ। ਪਰ ਬਾਵਜੂਦ ਇਸ ਤੇ, ਕਿਉਂਕਿ ਪੰਜਾਬ ਦੀ ਇੱਕ ਮਜਬੂਰੀ ਆ, ਖੇਤੀ ਪ੍ਰਧਾਨ ਸੂਬਾ, ਹੋਰ ਕੁਛ ਕੀਤਾ ਨਹੀਂ ਜਾ ਸਕਦਾ, ਤਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਥੋੜਾ ਸਖ਼ਤ ਹੋ ਗਿਆ ਇਸ ਮਾਮਲੇ ਚ। ਕਿਉਂਕਿ ਦਿੱਲੀ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਇਸ ਸਮੇਂ ਪ੍ਰਦੂਸ਼ਣ ਹੈ ਜਿਹੜਾ ਉਹ ਇੰਨਾ ਜ਼ਿਆਦਾ। ਵੈਸੇ ਪੰਜਾਬ ਦਾ ਵੀ ਇਹੋ ਹਾਲ ਆ ਕਿ ਜਿਹੜੇ ਬੱਚੇ ਆ, ਬਿਨਾਂ ਕਸੂਰ ਤੋਂ ਬੱਚੇ ਆ ਜਿਹੜੇ, ਉਹ ਵੀ ਇੱਕ ਤਰ੍ਹਾਂ ਨਾਲ ਸੈਂਕੜੇ ਸਿਗਰਟਾਂ ਦਾ ਧੂੰਆਂ ਜਿਹੜਾ ਅੰਦਰ ਖਿੱਚਦੇ ਪਏ ਆ। ਤਾਂ ਇਹਦੇ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਸਾਫ਼ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਜੇ ਪਰਾਲੀ ਸਾੜਨੋਂ ਨਹੀਂ ਹਟਦੇ, ਇਹ ਪਰਾਲੀ ਫੂਕਣੋਂ ਬਾਜ ਨਹੀਂ ਆਉਂਦੇ, ਤੇ ਇਹਨਾਂ ਦੀ ਜਿਹੜੀ ਮੁਫ਼ਤ ਬਿਜਲੀ ਵਾਲੀ ਸਹੂਲਤ ਆ ਉਹ ਬੰਦ ਕਰ। ਇਹਨਾਂ ਨੇ ਹੁਕਮ ਦੇ ਦਿੱਤਾ ਸਾਫ਼ ਤੌਰ ਤੇ ਕਿ ਜਿਹੜਾ ਵੀ ਕਿਸਾਨ ਪਰਾਲੀ ਨੂੰ ਬਾਲੂਗਾ, ਉਹਦੀ ਫਿਰ ਬਿਜਲੀ ਜਿਹੜੀ ਬਲਦੀ ਆ ਉਹ ਬੰਦ ਕਰ ਦਿੱਤੀ ਜਾਊ। ਇਹ ਇੱਕ ਬਹੁਤ ਸਖ਼ਤ ਹਦਾਇਤ ਆ, ਮੇਰੇ ਖਿਆਲ ਦੇ ਨਾਲ ਤੇ ਬਹੁਤ ਵੱਡੀ ਹਦਾਇਤ ਆ, ਕਿਉਂਕਿ ਪੰਜਾਬ ਸਰਕਾਰ ਜਿਹੜੀ ਆ ਪਹਿਲਾਂ ਤਬੀ ਪਈ, ਇਹਨਾਂ ਦੀ ਬੇਇੱਜ਼ਤੀ ਬਹੁਤ ਹੁੰਦੀ ਆ, ਤੇ ਇਸ ਤਰ੍ਹਾਂ ਦੀ ਸਖ਼ਤਾਈ। ਹਾਲਾਂਕਿ ਚਲੋ ਵੋਟ ਬੈਂਕ ਦਾ ਆ ਜਾਂਦਾ ਅੱਗੇ ਸਿਸਟਮ, ਤੁਹਾਨੂੰ ਪਤਾ ਹੀ ਹੈ ਕਿੱਦਾਂ ਦਾ ਸਿਆਸਤ ਦਾ, ਪਰ ਬਾਵਜੂਦ ਇਸ ਤੇ ਜੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇੰਨੀ ਵੱਡੀ ਸਖ਼ਤੀ ਕਰਦਾ ਤੇ ਇਹਨਾਂ ਨੂੰ ਕੁਛ ਨਾ ਕੁਛ ਜ਼ਰੂਰ ਕਰਨਾ ਪਊਗਾ। ਤਾਂ ਉਸ ਸੂਰਤ ਦੇ ਵਿੱਚ ਟਕਰਾਅ ਫਿਰ ਕਿਸਾਨ ਬਨਾਮ ਸਰਕਾਰ ਹੋ ਜਾਏਗਾ। ਤਾਂ ਜਿਹੜਾ ਹੱਲ ਹੋਣਾ ਚਾਹੀਦਾ ਉਹ ਫਿਰ ਪਾਸੇ ਰਹਿ ਜਾਊਗਾ। ਦੇਖੋ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪਿਛਲੀ ਦਫ਼ਾ ਜਦੋਂ ਹੁਕਮ ਦਿੱਤਾ ਸੀ ਉਹਦੇ ਵਿੱਚ ਇਹੋ ਜਿਹੀਆਂ ਸਖ਼ਤਾਈਆਂ ਤੇ ਦਿੱਤੀਆਂ ਹੀ ਸੀਗੀਆਂ, ਨਾਲ ਇਹਨਾਂ ਨੂੰ ਹਦਾਇਤਾਂ ਦਿੱਤੀਆਂ ਸੀਗੀਆਂ ਕਿ ਤੁਸੀਂ ਮਸ਼ੀਨਰੀ ਵੀ ਉਪਲਬਧ ਕਰਾਓ। ਪਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇਸ ਮਾਮਲੇ ਤੇ ਤਾਂ ਕਿਸਾਨਾਂ ਨੂੰ ਖਿੱਚੀ ਫਿਰਦਾ, ਇਹਨਾਂ ਨੇ ਪਰਾਲੀ ਫੂਕੀ ਆ, ਪਰ ਇਹਨਾਂ ਨੂੰ ਕੋਈ ਵੀ ਬੰਦਾ ਜਿਹੜਾ ਉਹ ਖਿੱਚ ਧੂ ਦਾ ਸ਼ਿਕਾਰ ਨਹੀਂ ਬਣਾਉਂਦਾ ਕਿ ਇਹਨਾਂ ਨੇ ਜਿਹੜੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ ਉਹਨਾਂ ਦਾ ਦੰਡ ਕੀ ਹੋਵੇ, ਉਹਨਾਂ ਦਾ ਹਰਜਾ ਕੀ ਹੋਵੇ ਇਹਨਾਂ ਲਈ। ਜੀ 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 ਮਿੰਟੂ ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ, ਸਿਰਸਾ ਬੜੇ ਅੱਜ ਜਿਹੜੀਆਂ ਇਹਨਾਂ ਦੀ ਵੀਡੀਓ ਬੜੀ ਵਾਇਰਲ ਆ ਅਤੇ ਸਾਰੇ ਪਾਸੇ ਜਿਹੜਾ ਸਿਰਸਾ ਹੀ ਸਿਰਸਾ ਕਹਿੰਦੇ ਹੋਈ ਪਈ ਆ। ਕਹਿੰਦੇ 84 ਦੇ ਕਤਲੇਆਮ ਦੇ ਸਮੇਂ ਦੋ ਸਿੱਖਾਂ ਦੇ ਕਾਤਲ ਨੂੰ ਸਿਰਸਾ ਨੇ ਜਿਹੜੀਆਂ ਹੁਣ ਚਪੇੜਾਂ ਮਾਰੀਆਂ ਨੇ। ਦੇਖੋ ਚਪੇੜਾਂ ਇਹਨੇ ਮਾਰੀਆਂ, ਚਪੇੜਾਂ ਤੇ ਨਹੀਂ ਵੈਸੇ ਕਹਿ ਸਕਦੇ ਕਿ ਤੱਫਾ ਜਾਂ ਧੌਲ ਤੱਫਾ ਇੱਕ ਅਦਾ ਕੀਤਾ, ਉਸ ਤੋਂ ਬਾਅਦ ਫਿਰ ਹਫੜਾ ਦਫੜੀ ਮੱਚ ਗਈ। ਜੋ ਬਾਅਦ ਦੇ ਵਿੱਚ ਹੋਇਆ ਉਹ ਤੁਸੀਂ ਵੀਡੀਓ ਚ ਵੇਖਿਆ ਹੋਣਾ ਤੇ ਜੋ ਤੁਸੀਂ ਵੇਖਿਆ ਹੋਣਾ ਮੈਂ ਇੱਥੇ ਦੱਸ ਨਹੀਂ ਸਕਦਾ ਮਾਈਕ ਤੇ, ਕਿਉਂਕਿ ਫਿਰ ਬਾਅਦ ਚ ਗਾਲ ਦੁੱਪੜੀ ਹੋਇਆ ਤੇ ਉਧਰੋਂ ਵੀ ਗਾਲਾਂ ਕੱਢੀਆਂ ਗਈਆਂ, ਉਧਰੋਂ ਵੀ ਗਾਲਾਂ ਕੱਢੀਆਂ ਗਈਆਂ
ਮੇਰੇ ਖਿਆਲ ਦੇ ਨਾਲ ਇਸ ਚੀਜ਼ ਨੂੰ ਠੀਕ ਨਹੀਂ ਕਿਹਾ ਜਾ ਸਕਦਾ ਕਿ ਗਾਲ ਮੰਦਾ ਜਿਸ ਤਰੀਕੇ ਨਾਲ ਹੋਇਆ, ਇੱਕ ਦੂਜੇ ਨੂੰ ਗਾਲਾਂ ਕੱਢੀਆਂ ਗਈਆਂ ਮਾਵਾਂ ਭੈਣਾਂ ਦੀ, ਉਹਨਾਂ ਦਾ ਕੀ ਕਸੂਰ ਆ? ਤੋ ਇਹ ਮਾਮਲਾ ਪਤਾ ਹੀ ਆ ਕਿ ਤੁਹਾਨੂੰ ਕੁਛ ਦੋਸ਼ੀ ਹੈ ਜਿਹੜੇ ਉਹ ਦੋਸ਼ੀ ਕਰਾਰ ਦੇ ਦਿੱਤੇ ਗਏ ਸੀਗੇ 84 ਕਤਲਾਮ ਦੇ ਮਾਮਲੇ ਚ, ਉਹਨਾਂ ਨੂੰ ਅੱਜ ਪੇਸ਼ ਕੀਤਾ ਜਾਣਾ ਸੀਗਾ, ਸਜ਼ਾ ਸੁਣਾਈ ਜਾਣੀ ਸੀ। ਤਾਂ ਉਹ ਸਜ਼ਾ ਵਾਲਾ ਤਾਂ ਹੁਣ ਮੁੱਦਾ ਹੀ ਇੱਕ ਪਾਸੇ ਰਹਿ ਗਿਆ ਕਿ ਕਿੰਨੀ ਸੁਣਾਈ ਗਈ ਸਜ਼ਾ ਜਾਂ ਕਿੰਨੀ ਸਜ਼ਾ ਸੁਣਾਈ ਗਈ ਜਾਂ ਕਿੱਦਾਂ ਸੁਣਾਈ ਜਾਊਗੀ। ਉਹ ਸਿਰਫ ਤੇ ਸਿਰਫ ਇੱਕੋ ਹੀ ਸੁਣਾਈ ਦੇ ਸੀ ਆ, ਚਪੇੜ ਤੇ ਚਪੇੜ ਚਪੇੜ। ਕੁਛ ਲੋਕ ਇਹਦਾ ਸਮਰਥਨ ਕਰਦੇ ਆ, ਕਹਿੰਦੇ ਆ ਕਿ ਸਿੱਖਾਂ ਦੇ ਵਿੱਚ ਕੋਈ ਆਗੂ ਉੱਠਿਆ, ਅਕਾਲੀ ਸਮਰਥਕ ਵੀ ਜਿਹੜੇ ਆ ਪੂਰੇ ਜੋਰ ਸ਼ੋਰ ਦੇ ਨਾਲ ਇਹ ਵੀਡੀਓ ਵਾਇਰਲ ਕਰਦੇ ਪਏ ਆ, ਉਹਨਾਂ ਦਾ IT ਸੈੱਲ ਵੀ ਜਿਹੜਾ ਸਰਗਰਮ ਹੈ ਪੂਰਾ। ਤੇ ਦੂਸਰੇ ਪਾਸੇ ਜਿਹੜੇ ਲੋਕ ਅਕਾਲੀ ਦਲ ਦੀ ਮੁਖਾਲਫਤ ਕਰਦੇ, ਉਹ ਕਹਿੰਦੇ ਕਿ ਇਹ ਸਿਰਫ ਡਰਾਮਾ ਕੀਤਾ ਜਾ ਰਿਹਾ। ਇੱਕ ਸਿੱਖ ਚਿੰਤਕ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਸਿੱਧੇ ਤੌਰ ਤੇ ਦੋਸ਼ੀਆਂ ਦੇ ਪੱਖਪੂਰਨ ਵਾਲੀ ਗੱਲ ਆ। ਉਹ ਕਹਿੰਦੇ ਆ ਕਿ ਹੁਣ ਕੋਰਟ ਹੈ ਜਿਹੜੀ ਦੋਸ਼ੀਆਂ ਨਾਲ ਨਰਮਾਈ ਕਰੂਗੀ, ਕਿਉਂਕਿ ਅੱਜ ਦੋਸ਼ੀਆਂ ਨੂੰ ਸਜ਼ਾ ਨਹੀਂ ਸੁਣਾਈ ਗਈ, ਕਿਉਂਕਿ ਉਹਨਾਂ ਚੋਂ ਇੱਕ ਨੇ ਇਹ ਕਹਿ ਦਿੱਤਾ ਕਿ ਮੇਰਾ ਲੀਵਰ ਆ ਜਿਹੜਾ ਉਹ ਖਰਾਬ ਆ, ਤੇ ਕੁਛ ਮੈਡੀਕਲ ਡਾਕੂਮੈਂਟ ਜਿਹੜੇ ਆ ਉਹ ਅਸੀਂ ਸਬਮਿਟ ਕਰਨੇ ਸੀਗੇ, ਜਿਹੜੇ ਨਹੀਂ ਅਸੀਂ ਜਿਠਾ ਪਾਏ, ਤਾਂ ਸਾਨੂੰ ਥੋੜਾ ਸਮਾਂ ਦਿਓ। ਇਸ ਕਰਕੇ ਅਦਾਲਤ ਨੇ ਜੋ ਸੰਵੇਦਨਾ ਹੁੰਦੀ ਆ ਮਨੁੱਖੀ ਆਧਾਰ ਤੇ, ਤਾਂ ਉਸ ਸੰਵੇਦਨਾ ਦੇ ਚਲਦੇ ਸਮਾਂ ਦੇ ਦਿੱਤਾ ਥੋੜਾ ਜਿਹਾ। ਤਾਂ ਕੁਛ ਲੋਕ ਇਤਰਾਜ਼ ਜਤਾ ਰਹੇ ਕਿ ਉਹਨਾਂ ਦੇ ਨਾਲ ਕੋਰਟ ਨਰਮਾਈ ਨਾਲ ਪੇਸ਼ ਆਊਗਾ, ਔਰ ਅੱਗੇ ਚੱਲ ਕੇ ਜਿਹੜੇ ਕੇਸ ਲੜਨ ਵਾਲੇ ਤੇ ਰਹੇ ਆ ਤਾਂ ਉਹਨਾਂ ਦੇ ਨਾਲ ਸਖਤਾਈ ਨਾਲ ਪੇਸ਼ ਆਊਗਾ। ਤਾਂ ਮੇਰੇ ਖਿਆਲ ਦੇ ਨਾਲ ਇਹ ਤਰਕ ਸ਼ਾਇਦ ਉਹਨਾਂ ਠੀਕ ਨਹੀਂ ਹੈ, ਕਿਉਂਕਿ ਕੋਰਟ ਨੇ ਫੈਸਲਾ ਜਿਹੜਾ ਕਰਨਾ ਉਹ ਧਾਰਾ ਵੇਖ ਕੇ ਕਰਨਾ, 302 ਦੀ ਧਾਰਾ, 2 ਕਤਲ ਦਾ ਮਾਮਲਾ, ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਜਿਹੜੀ ਉਹ ਹੋਣੀ ਹੋਣੀ, ਉਮਰ ਕੈਦ ਤੋਂ ਘੱਟ ਇਹਨਾਂ ਨੂੰ ਸਜ਼ਾ ਨਹੀਂ ਹੋਏਗੀ। ਜਿਹੜੇ ਲੋਕ ਕਹਿੰਦੇ ਆ ਕਿ ਸਜ਼ਾ ਘੱਟ ਕਰ ਦੇਣਗੇ, ਤਾਂ ਮੇਰੇ ਖਿਆਲ ਦੇ ਨਾਲ ਉਹ ਗਲਤ ਨੇ, ਕਿਉਂਕਿ ਜੇ ਬਰੀ ਕਰਨਾ ਹੁੰਦਾ ਇਹਨਾਂ ਨੂੰ ਬਰੀ ਕਰ ਦਿੱਤਾ ਹੁੰਦਾ, ਤਾਂ ਜੇ ਬਰੀ ਨਹੀਂ ਕੀਤਾ ਤਾਂ ਇਹਦਾ ਮਤਲਬ ਹੈ ਕਿ ਇਹ 20 ਸਾਲ ਘੱਟੋ ਘੱਟ ਜਾਣ ਵਾਲੇ ਆ, ਉਮਰ ਕੈਦ ਲਈ ਜਾਣ ਵਾਲੇ ਆ। ਸੋ ਜੋ ਵੀ ਆ, ਇਸ ਸਮੇਂ ਕਾਫੀ ਵਿਵਾਦਿਤ ਵਿਸ਼ਾ ਬਣਿਆ ਹੋਇਆ। ਉੱਦਾਂ ਮੈਂ ਸੋਚਦਾ ਸੀਗਾ ਕਿ ਜੇ ਸਰਸੇ ਦੀ ਥਾਂ ਤੇ ਕੋਈ ਸਹਾਰ ਵਾਲਾ ਹੁੰਦਾ ਤੇ ਫਿਰ ਬਹੁਤ ਸਾਰੇ ਸਿੱਖਾਂ ਨੇ ਚੱਕ ਦੇਣਾ ਸੀਗਾ, ਕਿਉਂਕਿ ਉਹ ਅਕਾਲੀ ਦਲ ਨਾਲ ਬਿਲੋਂਗ ਕਰਦਾ, ਤੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਅਕਾਲੀਆਂ ਦਾ ਸਮਾਂ ਕਿੱਦਾਂ ਦਾ ਚੱਲਦਾ। ਪਰ ਜੋ ਵੀ ਹੋਇਆ ਮਾੜਾ, ਕਿਉਂਕਿ ਕਸਟਡੀ ਦੇ ਵਿੱਚ ਜਦੋਂ ਕਿਸੇ ਮੁਲਜ਼ਮ ਨੂੰ ਲੈ ਲਿਆ ਤਾਂ ਇੱਕ ਜ਼ਿੰਮੇਦਾਰ ਵਿਧਾਇਕ, ਚਲੋ ਕੋਈ ਦੂਜਾ ਤੀਜਾ ਹੋਵੇ ਤਾਂ ਠੀਕ ਆ, ਜ਼ਿੰਮੇਦਾਰ ਵਿਧਾਇਕ ਇਸ ਤਰ੍ਹਾਂ ਜਾ ਕੇ ਮਾਰਕੁੱਟ ਕਰੇ ਤਾਂ ਠੀਕ ਨਹੀਂ ਹੈ, ਕਿਉਂਕਿ ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਮਾਹੌਲ ਬਣਿਆ, ਖੁਦ ਸਰਸਾ ਸਾਹਿਬ ਦੇ ਵੀ ਧੱਕਾ ਮੁੱਕੀ ਹੋਈ ਹੈ। ਤੁਸੀਂ ਦੇਖੋ ਵੀਡੀਓ ਦੇ ਵਿੱਚ ਪੁਲਿਸ ਵਾਲੇ ਉਹਨਾਂ ਨੂੰ ਵੀ ਧੱਕਾ ਮੁੱਕੀ ਕਰਦੇ ਨਜ਼ਰ ਆਉਂਦੇ ਆ। ਤਾਂ ਪ੍ਰਤਿਸ਼ਠਤ ਵਿਅਕਤੀ ਲਈ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ ਗੈਰ ਜ਼ਿੰਮੇਵਾਰਾਨਾ ਰਵੱਈਆ। ਤਾਂ ਇਹਨਾਂ ਨੂੰ ਜੇ ਇੰਨਾ ਹੀ ਜ਼ਿਆਦਾ ਰੋਸ ਆ ਤੇ ਭਾਜਪਾ ਦੀ, ਕਿਉਂਕਿ ਸਰਕਾਰ ਆ, ਭਾਜਪਾ ਦੀ ਸਰਕਾਰ ਦੇ ਵਿੱਚ ਵੀ ਪੂਰਨ ਇਨਸਾਫ਼ ਨਹੀਂ ਮਿਲਿਆ, ਇਹ MLA ਆ, ਘੱਟੋ ਘੱਟ MLA ਆਪਦੀ ਛੱਡ ਦੇਣ, ਵਿਧਾਇਕੀ ਛੱਡ ਕੇ ਦਿਖਾ ਦੇਣ ਕਿ ਹਾਂ ਭਾਈ ਤੁਹਾਡੀ ਸਰਕਾਰ ਦੇ ਵਿੱਚ ਸਾਨੂੰ ਫਿਰ ਇਨਸਾਫ਼ ਨਹੀਂ ਮਿਲਿਆ। ਕਿਉਂਕਿ ਇਹ ਸਿੰਬੋਲਿਕ ਇਨਸਾਫ਼ ਆ, ਜਿਹੜੇ ਕਦੇ 10 ਸਾਲਾਂ ਬਾਅਦ ਇੱਕ ਨੂੰ ਸਜ਼ਾ ਦੇ ਦਿੱਤੀ, 4 ਨੂੰ ਸਜ਼ਾ ਦੇ ਦਿੱਤੀ, ਫਿਰ ਉਹ ਕਿਸ਼ੋਰੀ ਅਰਗੇ ਨੂੰ ਪਹਿਲਾਂ ਤੇ ਫਾਂਸੀ, ਫਿਰ ਉਮਰ ਕੈਦ, ਤੇ ਬਾਅਦ ਦੇ ਵਿੱਚ ਪੈਰੋਲ 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 'ਚ ਹੀ ਕਟਾਈ ਜਾਂਦੇ ਆ। ਸੋ ਇਸ ਤਰ੍ਹਾਂ ਦਾ ਜਿਹੜਾ ਇੱਕ ਵਰਤਾਰਾ ਚੱਲਦਾ, ਉਹਦਾ ਵਿਰੋਧ ਕਰਨ ਦਾ ਢੰਗ ਹੈ ਜਿਹੜਾ ਉਹ ਦੂਸਰਾ ਹੋਣਾ ਚਾਹੀਦਾ। ਵਿਰੋਧ ਜ਼ਰੂਰ ਕਰਨਾ ਚਾਹੀਦਾ ਸਰ, ਤੇ ਉਹਨਾਂ ਨੂੰ ਹੱਕ ਆ, ਪਰ ਵਿਰੋਧ ਕਰਨ ਦਾ ਢੰਗ ਹੈ ਜਿਹੜਾ ਮੇਰੇ ਖਿਆਲ ਦੇ ਨਾਲ ਠੀਕ ਕਰਨ ਦੀ ਜ਼ਰੂਰਤ ਹੈ। ਇਹਦੇ ਨਾਲ ਕੋਈ ਬਹੁਤਾ ਵਧੀਆ ਪ੍ਰਭਾਵ ਨਹੀਂ ਗਿਆ ਇਹਨਾਂ ਦਾ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਮਹਿਲਾ SHO ਨੂੰ ਦਬਕੇ ਮਾਰਦਾ ਵਿਧਾਇਕ ਦਾ ਕਥਿਤ ਆਡੀਓ ਹੋਇਆ ਵਾਇਰਲ। ਕਥਿਤ ਨਹੀਂ ਰਹਿ ਗਿਆ, ਹੁਣ ਤੇ ਪੁਸ਼ਟੀ ਹੋਈ ਹੋ ਗਈ ਆ ਕਿ ਇਹਨਾਂ ਦਾ ਹੀ ਆ, ਕੋਈ ਸ਼ੱਕ ਨਹੀਂ, ਸ਼ੁਭਾ ਨਹੀਂ ਰਿਹਾ ਕਿ ਇਹਨਾਂ ਦਾ ਹੀ ਆ ਆਡੀਓ। ਔਰ ਇਹਨਾਂ ਦੇ ਬਾਪ ਦੀ ਮੂਵੀ ਆਈ ਸੀਗੀ, ਵੀਡੀਓ ਆਈ ਸੀਗੀ, ਬੇਟੇ ਦੀ ਆਡੀਓ ਆ ਗਈ ਆ।
ਇਸ ਤਰ੍ਹਾਂ ਹੀ ਲੱਗਦਾ ਜਿਸ ਤਰ੍ਹਾਂ ਦੋਵਾਂ ਨੇ ਸ਼ਰਤੀ ਲਾਈ ਆ ਕਿ ਕਿਹੜਾ ਜ਼ਿਆਦਾ ਬੇਇੱਜ਼ਤੀ ਕਰਾਉਂਦਾ। ਇਹ ਬਹੁਤ ਜ਼ਿਆਦਾ ਬੇਇੱਜ਼ਤੀ ਕਰਾਈ ਆ ਇਹਨੇ ਹੁਣ, ਕਿਉਂਕਿ ਦੇਖੋ ਉਹ ਆਡੀਓ ਹੈ ਜਿਹੜੀ ਉਹ ਸਾਰਿਆਂ ਨੇ ਸੁਣੀ ਆ, ਉਹਦੇ ਵਿੱਚ SHO ਨੇ ਤੇ ਕੁਛ ਵੀ ਇਹੋ ਜਿਹਾ ਨਹੀਂ ਕਿਹਾ ਕਿ ਜਿਹੜੇ ਇਹ ਸ਼ਬਦ ਇਸਤੇਮਾਲ ਕਰਦਾ ਪੰਜੇ ਸੱਟੇ ਜਿੱਦਾਂ ਬੋਲਦਾ ਕਿ ਤੂੰ ਰੱਬ ਆ ਵੇ ਯੋ ਹੈ, ਜਿੱਦਾਂ ਇੱਕ ਮਵਾਲੀ ਨਹੀਂ ਬੋਲਦਾ, ਜਿੱਦਾਂ ਇੱਕ ਗੁੰਡਾ ਟਪੋਰੀ ਟਾਈਪ ਕੋਈ ਬੰਦਾ ਹੁੰਦਾ, ਉਹ ਲਹਿਜ਼ਾ। ਔਰ ਇਹ ਯੰਗੈਸਟ MLA ਆ ਪੂਰੀ ਸਰਕਾਰ ਦੇ ਵਿੱਚ ਜਾਂ ਪੂਰੇ ਪੰਜਾਬ ਦਾ ਜਿਹੜਾ ਸਾਡਾ ਹੈਗਾ ਵਿਧਾਇਕ ਮੰਡਲ ਉਹਦੇ ਵਿੱਚੋਂ ਯੰਗੈਸਟ ਆ। ਇੱਕ ਮੁੰਡਾ ਅੰਗਦ ਸਿੰਘ ਆ, ਅਜੇ ਦੀ ਆਪਾਂ ਖਬਰ ਪਰਸੋਂ ਕੀਤੀ ਸੀਗੀ, ਇੱਕ ਇਹ ਆ ਦਵਿੰਦਰ ਸਿੰਘ। ਜਿਸ ਤਰੀਕੇ ਨਾਲ ਇਹਨੇ ਗੱਲਾਂ ਕੀਤੀਆਂ ਮੇਰੇ ਖਿਆਲ ਨਾਲ ਠੀਕ ਨਹੀਂ ਆ, ਪਰ ਮੇਰੇ ਖਿਆਲ ਨਾਲ ਕੀ ਹੈ ਤੁਹਾਡੇ ਖਿਆਲ ਨਾਲ ਵੀ ਹੋਣਾ ਕਿ ਸ਼ੋਭਾ ਨਹੀਂ, ਕਿਉਂਕਿ ਮੋਹਰਿਓਂ ਇੱਕ ਔਰਤ ਬੋਲਦੀ ਹੈ ਤਾਂ ਘੱਟੋ ਘੱਟ ਇੰਨੀ ਕਮੀਜ਼ ਰੱਖਣੀ ਚਾਹੀਦੀ ਹੈ। MLA ਦਾ ਜਿਹੜਾ PA ਆ ਉਹ ਵੀ ਇਸ ਤਰ੍ਹਾਂ ਫੋਨ ਫੜਾਉਂਦਾ, MLA ਸਾਹਿਬ ਗੱਲ ਕਰਨਗੇ ਜਿਸ ਤਰ੍ਹਾਂ ਦਾ ਉਹਦੇ ਦੌਰਾਨ ਬੋਲਣ ਲੱਗਦਾ। ਇਹ ਪਤਾ ਨੀ ਕਿਉਂ ਆਪਣੀ ਲਿਆਕਤ ਛੱਡ ਦਿੰਦੇ ਆ, ਕਿਉਂ ਆਪਣੀ ਨਿਮਰਤਾ ਛੱਡ ਦਿੰਦੇ ਆ। ਹੁਣ ਦੂਜੇ ਪਾਸੇ ਤੁਰ ਪਿਆ ਦਵਿੰਦਰ ਸਿੰਘ ਘੁਬਾਇਆ, ਕਹਿੰਦਾ ਕਿ ਇਸ SHO ਨੇ ਗੰਦ ਬੜਾ ਪਾਇਆ, ਪੈਸੇ ਲੈਂਦੀ ਆ, ਨਸ਼ਾ ਵਿਕਾਉਂਦੀ ਆ, ਇਹ ਕਰਦੀ ਆ, ਉਹ ਕਰਦੀ ਆ। ਇਹ ਭਲਿਆ ਮਾਨਸਾ ਜੀ, ਇਸ ਤਰ੍ਹਾਂ ਦਾ ਤੇਰੇ ਇਲਾਕੇ ਦੇ ਵਿੱਚ ਕੁਛ ਹੁੰਦਾ ਪਿਆ ਸੀਗਾ ਤੇ ਤੂੰ ਇਸ ਬੀਬੀ ਦੀ ਸ਼ਿਕਾਇਤ ਕਰਦਾ, ਲਿਖਤੀ ਸ਼ਿਕਾਇਤ ਕਰਦਾ। ਮੈਂ ਆਖੀ ਜੀ ਇੱਕ ਦੋ ਵਾਰੀ ਅਫਸਰਾਂ ਦੇ ਕੋਲ ਗਿਆ ਵਾ, ਕਿਸੇ ਨੇ ਮੇਰੀ ਗੱਲ ਨੀ ਸੁਣੀ, ਹੁਣ ਮੈਂ ਸਰਕਾਰ ਤੱਕ ਪਹੁੰਚ ਕਰੂੰਗਾ। ਤੇ ਤੂੰ ਪਹਿਲਾਂ ਹੀ ਸਰਕਾਰ ਤੱਕ ਪਹੁੰਚ ਕਰ ਲੈਂਦਾ। ਹੁਣ ਮਾਮਲਾ ਕੀ ਸੀ? ਮਾਮਲਾ ਇਹ ਸੀਗਾ ਕਿ ਕੋਈ ਜਾਂਦਾ ਸੀਗਾ ਮੋਟਰਸਾਈਕਲ ਤੇ ਉਹਨੂੰ ਰੋਕ ਲਿਆ। ਇਹ ਬੀਬੀ ਹੈ ਜਿਹੜੀ ਇਸ ਮਾਮਲੇ ਦੇ ਵਿੱਚ ਕਾਫੀ ਸਖ਼ਤ ਦਸੀ ਦੀ ਆ, ਤਾਂ ਇਸ ਬੀਬੀ ਨੇ ਉਹਦਾ ਚਲਾਨ ਕੱਟ ਦਿੱਤਾ ਕਿਉਂਕਿ ਡਾਕੂਮੈਂਟ ਉਹਦੇ ਕੋਲ ਨਹੀਂ ਸੀਗੇ। ਤੇ ਇਹ ਫੋਨ ਫਾਨ ਕਰਦੇ ਰਹੇ, ਉਹਨੇ ਫੋਨ ਨਹੀਂ ਚੱਕਿਆ। ਤੋ ਇਸੇ ਗੱਲ ਤੋਂ ਇਹ ਕਲਪਿਆ ਪਿਆ ਸੀਗਾ। ਵੈਸੇ ਵੀ ਜੇ ਇਸ ਇਲਾਕੇ ਦੇ ਵਿੱਚ ਜੇ ਝਾਕ ਕੇ ਵੇਖੀਏ ਤੇ ਇਹ ਪਿਓ ਪੁੱਤ ਦੇ ਕਾਫੀ ਕਿੱਸੇ ਆ ਜਿਹੜੇ ਉਹ ਸੁਣਾਈ ਦਿੰਦੇ ਆ। ਖੈਰ ਮੇਰੇ ਖਿਆਲ ਦੇ ਨਾਲ ਜਿਹੜੇ ਲੋਕ ਇਹ ਮਿੱਥ ਬਣਾ ਕੇ ਬੈਠੇ ਸੀਗੇ ਕਿ ਜਿਹੜੇ ਨੌਜਵਾਨ ਰਾਜਨੀਤੀ ਚ ਆਉਂਦੇ ਆ ਉਹ ਰਾਜਨੀਤੀ ਦਾ ਚਿਹਰਾ ਮੋਹਰਾ ਹੈ ਜਿਹੜਾ ਉਹ ਨਿਖਾਰ ਸਕਦੇ ਆ, ਸ਼ਾਇਦ ਉਹਨਾਂ ਨੂੰ ਜ਼ਰੂਰ ਝਟਕਾ ਲੱਗੂਗਾ। ਕਿਉਂਕਿ ਇਹ ਇੱਕ ਉਮੀਦ ਆ ਕਿ ਨੌਜਵਾਨ ਜਿੰਨੇ ਵੀ ਜ਼ਿਆਦਾ ਰਾਜਨੀਤੀ ਚ ਆਉਣਗੇ ਰਾਜਨੀਤੀ ਉਨੀ ਜ਼ਿਆਦਾ ਨਿਖਰਦੀ ਜਾਊਗੀ। ਤਾਂ ਮੇਰੇ ਖਿਆਲ ਦੇ ਨਾਲ ਜੇ ਇਹੋ ਜਿਹੇ ਨੌਜਵਾਨ ਆਉਣਗੇ ਤਾਂ ਫਿਰ ਲੋਕ ਕਹਿਣਗੇ ਇਹਨਾਂ ਦੇ ਨਾਲੋਂ ਬੁੱਢੇ ਹੀ ਚੰਗੇ ਆ, ਪਰ ਬੁੱਢੇ ਵੀ ਕਈ ਵਾਰ ਗਾਲ ਬੜੀ ਕਸੂਤੀ ਕੱਢ ਜਾਂਦੇ ਆ। ਤਾਂ ਮੇਰੇ ਖਿਆਲ ਦੇ ਨਾਲ ਇਸ ਨੌਜਵਾਨ ਵਿਧਾਇਕ ਨੂੰ ਆਪਣੀ ਲਿਆਕਤ ਹੈ ਨਾ ਜਿਹੜੀ ਉਹ ਵਧਾਉਣੀ ਚਾਹੀਦੀ। ਗੱਲ ਕਰਨ ਦਾ ਢੰਗ ਹੈ ਜਿਹੜਾ, ਚਲੋ SHO ਗਲਤ ਹੋ ਸਕਦੀ ਆ, ਇਹ ਗਲਤ ਹੋ ਸਕਦੀ, ਕੋਈ ਵੀ ਗਲਤ ਹੋ ਸਕਦਾ, ਪਰ ਬੋਲਣ ਦਾ ਜਿਹੜਾ ਲਹਿਜ਼ਾ ਹੁੰਦਾ ਨਾ ਉਹ ਠੀਕ ਰੱਖਣ ਦੀ ਜ਼ਰੂਰਤ ਆ। ਇਹ ਇੱਕੋ ਗੱਲ ਫੜ ਕੇ ਬੈਠੇ ਆ, ਮੈਂ ਕਿਉਂ ਮਾਫ਼ੀ ਮੰਗਾ? ਕਹਿੰਦਾ ਮੈਨੂੰ ਲੋਕਾਂ ਨੇ ਚੁਣਿਆ, ਤੇ ਤੈਨੂੰ ਲੋਕਾਂ ਨੇ ਚੁਣਿਆ ਤੇ ਹੁਣ ਇਹਦਾ ਮਤਲਬ ਇਹ ਥੋੜੀ ਆ ਕਿ ਤੂੰ ਸੰਘੀ ਉਹ ਫੜ ਲਵੇਂ ਜਾ ਕੇ, ਜਿਹਦਾ ਜੀ ਕਰੇ ਤੇਰਾ ਜਿਹਦਾ ਜੀ ਕਰੇ ਉਹਨੂੰ ਤੂੰ ਜਾ ਕੇ ਫੜ ਲਵੇਂ। ਤੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਵੇਖਣੀਆਂ ਪੈਣਗੀਆਂ। ਕਾਂਗਰਸ ਸਰਕਾਰ ਬਣਦੇ ਹੀ ਇੱਕ ਐਸੀ ਬੀਬੀ ਦੀ ਆਡੀਓ ਆ ਗਈ ਸੀਗੀ ਜਿਹੜੀ ਪਹਿਲਾਂ ਅਕਾਲੀ ਦਲ ਚ ਸੀਗੀ, ਫਿਰ ਇਹਨਾਂ ਚ ਆ ਗਈ, ਫਿਰ ਇਸ ਤੋਂ ਬਾਅਦ ਇਹਨਾਂ ਦੇ ਇੱਕ ਵਿਧਾਇਕ ਦੀ ਵੀਡੀਓ ਆ ਗਈ, ਹੁਣ ਇਹ ਵੀ ਆ ਗਈ, ਚੰਨੀ ਸਾਹਿਬ ਦਾ ਇੱਕ ਲਾਂਭਾ ਆ ਗਿਆ। ਸੋ ਇਹਨਾਂ ਦਾ ਸਾਰਾ ਜਿਹੜਾ ਇਹ ਲਾਣਾ ਆ, ਚਾਹੇ ਵਿਧਾਇਕਾਂ ਦਾ ਲਾਣਾ ਚਾਹੇ ਮੰਤਰੀਆਂ ਦਾ ਲਾਣਾ, ਇਹਨਾਂ ਦੀ ਕਲਾਸ ਕਲੂਸ ਲਾਉਣੀ ਚਾਹੀਦੀ ਆ ਕਿ ਜਰਾ ਬਚ ਕੇ ਮੋੜ ਤੋਂ ਇੰਨਾ ਤੇਜ਼ ਨਾ ਚੱਲੋ। ਜੀ ਜੀ ਅਗਲੀ ਗੱਲ ਕਰਦੇ, ਕਹਿੰਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਦੇ ਜੇਲ੍ਹ ਵਿੱਚ ਰਹਿਣ ਦਾ ਰਿਕਾਰਡ ਕਢਵਾਉਣਗੇ ਕਾਂਗਰਸੀ। ਇਹ ਕਈ ਦਿਨਾਂ ਤੋਂ ਪਿੱਛੇ ਲੱਗੇ ਬੈਠੇ, ਜਿੰਨੀ ਕੁ ਮੈਨੂੰ ਜਾਣਕਾਰੀ ਆ ਇਹਨਾਂ ਨੇ ਸ਼ਾਇਦ ਰਿਕਾਰਡ ਖੰਗਾਲ ਲਿਆ। ਕਿਉਂਕਿ ਦੇਖੋ ਪ੍ਰਕਾਸ਼ ਸਿੰਘ ਬਾਦਲ ਆ ਜਿਹੜੇ ਉਹ ਪੱਕੀਆਂ ਰੀਲਾਂ ਪਾਈ ਬੈਠੇ ਆ ਪੁਰਾਣੇ ਜ਼ਮਾਨੇ ਤੋਂ, ਜਿੱਦਾਂ ਉਹ ਭਗਵੰਤ ਮਾਨ ਨੇ ਪਾਈ ਹੋਈ ਸੀਗੀ ਰੀਲ, ਉਹ ਬਸ ਪਿੰਡ ਦਾ ਨਾਂ ਤੇ ਲੀਡਰਾਂ ਦੇ ਨਾਂ ਜਾ ਕੇ ਥੋੜੇ ਜਿਹੇ ਬਦਲ ਦਿੰਦਾ ਸੀ, ਬਾਕੀ ਸਾਰਾ ਭਾਸ਼ਣ ਉਹੀ ਸੁਣਾ ਦਿਆ ਕਰਦਾ ਦੱਸਣ ਇੱਕ ਇੱਕ ਲਈ। ਇਸੇ ਤਰ੍ਹਾਂ ਇਹਨਾਂ ਨੇ ਵੀ ਇੱਕ ਰੀਲ ਪਾਈ ਹੋਈ ਆ ਕਿ ਕਾਂਗਰਸ ਸਿੱਖਾਂ ਦੀ ਜਮਾਤ, ਸਿੱਖ ਜਮਾਤ ਦੀ ਬਹੁਤ ਵੱਡੀ ਦੁਸ਼ਮਣ ਆ,
ਇਹਨਾਂ ਨੇ ਬਹੁਤ ਵੱਡੀ ਬੇਅਦਬੀ ਕੀਤੀ ਆ, ਜੋ ਵੀ ਉਹਨਾਂ ਦੇ ਮਨ ਚ ਆਉਂਦਾ ਫਿਰ ਉਹ ਭੜਾਸ ਕੱਢ ਦਿੰਦੇ ਤੇ ਨਾਲ ਕਹਿ ਦਿੰਦੇ ਆ ਕਿ ਮੈਨੂੰ ਤੇ 17-18 ਸਾਲ ਜੇਲ੍ਹ ਕਟਾਈ ਹੈ। ਤੋ ਜਿਹੜਾ 17-18 ਸਾਲ ਜੇਲ੍ਹ ਕਟਾਈ ਵਾਲਾ ਮਸਲਾ, ਕਿਉਂਕਿ ਬਾਕੀਆਂ ਦੇ ਤਾਂ ਕਾਂਗਰਸ ਫਸ ਜਾਂਦੀ ਆ, ਹੁਣ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹ ਕਿੱਦਾਂ ਨਕਾਰ ਰੱਖਦੇ ਆ, ਇੱਥੇ ਜਵਾਨੀ ਦਾ ਘਾਣ ਹੋਇਆ ਕਿੱਦਾਂ ਨਕਾਰ ਸਕਦੇ ਆ, ਸੋ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਕਿੱਦਾਂ ਨਕਾਰ ਸਕਦੇ ਆ। ਤੋ ਇਹਨਾਂ ਚੀਜ਼ਾਂ ਨੂੰ ਨਕਾਰਨ ਵਾਸਤੇ ਤੇ ਉਹਨਾਂ ਦੇ ਕੋਲ ਕੋਈ ਬਹੁਤੇ ਪੈਂਤੜੇ ਹੈ ਨੀਗੇ, ਪਰ ਇਸ ਮਸਲੇ ਤੇ ਇਹਨਾਂ ਨੂੰ ਇੱਕ ਚੀਜ਼ ਜਿਹੜੀ ਆ ਉਹ ਸ਼ੱਕੀ ਜਾਪੀ ਕਿ 19 ਸਾਲ ਸਜ਼ਾ ਇਹਨਾਂ ਨੇ ਕਿੱਥੇ ਕੱਟੀ ਹੈ, 17 ਸਾਲ ਸਜ਼ਾ ਇਹਨਾਂ ਨੇ ਕਿੱਥੇ ਕੱਟੀ ਆ। ਤਾਂ ਜਦੋਂ ਇਹਨਾਂ ਨੇ ਰਜਿਸਟਰ ਵੇਖੇ ਆ, ਹਾਲਾਂਕਿ ਕੋਈ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੈ ਕਿ ਇਹ ਸਾਰਾ ਰਿਕਾਰਡ ਹਾਸਲ ਕਰ ਲਿਆ ਗਿਆ, ਸਾਡੇ ਜਿਹੜੇ ਸੂਤਰ ਹੈ ਉਹ ਦੱਸਦੇ ਆ ਕਿ ਇਹਨਾਂ ਨੇ ਅੰਦਰ ਖਾਤੇ ਜਾਂਚ ਪੜਤਾਲ ਕਰਵਾ ਲਈ ਆ ਜੇਲ੍ਹ ਵਿਭਾਗ ਤੋਂ। ਤਾਂ ਕੁੱਲ ਕੈਦ ਜਿਹੜੀ ਬਣੀ ਆ ਉਹ ਬਾਦਲ ਸਾਹਿਬ ਦੀ ਬਣੀ ਹੈ, 4-4.5 ਸਾਲ। ਇਹਨਾਂ ਨੇ ਵੇਖਿਆ ਕਿ ਆਲੇ ਦੁਆਲੇ ਹੋਰ ਕੈਦ ਤੇ ਕਿਤੇ, ਇਹ ਤੇ ਹੈ ਨੀ ਗਾ ਕਿ ਕਾਲੇ ਪਾਣੀ ਚ ਬੈਠਾ ਸੀ ਬਾਬਾ ਬਾਦਲ ਜਾ ਕੇ, ਇੱਕ ਪੰਜਾਬ ਹੀ ਸੀਗਾ, ਪੰਜਾਬ ਦੇ ਵਿੱਚ ਜਾਂ ਵੱਧ ਤੋਂ ਵੱਧ ਕਿਤੇ ਹਰਿਆਣੇ ਚ ਬੰਦ ਹੋਇਆ ਹੋਊਗਾ। ਤਾਂ ਜਿਹੜੀ ਰੈਸਟ ਹਾਊਸ ਦੀ ਜਿਹੜੀ ਨਜ਼ਰਬੰਦੀ ਆ ਉਹ ਵੀ ਪਾ ਕੇ ਵੀ ਕਹਿੰਦੇ ਆ ਕਿ 4-4.5 ਸਾਲ ਬਣ। ਤਾਂ ਇਹਨਾਂ ਨੇ ਹੁਣ ਇਸ ਝੂਠ ਦਾ ਪਰਦਾ ਫਾਸ਼ ਕਰਨ ਲਈ ਇਹ ਸਾਰਾ ਰਿਕਾਰਡ ਹੈ ਜਿਹੜਾ ਉਹ ਲੈਣ ਦਾ ਫੈਸਲਾ ਕੀਤਾ ਜੇਲ੍ਹ ਵਿਭਾਗ ਤੋਂ। ਔਰ ਮੈਨੂੰ ਲੱਗਦਾ ਕਿ 2019 ਦਾ ਇਲੈਕਸ਼ਨ ਹੈ ਜਿਹੜਾ, ਉਹਦੇ ਵਿੱਚ ਇਹ ਵੀ ਪਤਾ ਖੇਡ ਦਿੱਤਾ ਜਾਊਗਾ। ਕਿਉਂਕਿ ਇੱਕ ਚੀਜ਼ ਤਾਂ ਤੁਸੀਂ ਮੰਨ ਕੇ ਚੱਲੋ ਨਾ ਕਿ ਕਾਂਗਰਸ ਇਸ ਸਮੇਂ ਆਮ ਆਦਮੀ ਪਾਰਟੀ ਜਾਂ ਸੁਖਪਾਲ ਖਹਿਰੇ ਨੂੰ ਚੁਣੌਤੀ ਨਹੀਂ ਮੰਨ ਕੇ ਚੱਲੋ, ਚੁਣੌਤੀ ਉਹਨਾਂ ਲਈ ਹਾਲੇ ਵੀ ਅਕਾਲੀ ਦਲ ਆ, ਚੁਣੌਤੀ ਹਾਲੇ ਵੀ ਉਹਨਾਂ ਲਈ ਅਕਾਲੀ ਦਲ ਆ। ਉਹ ਜਿੰਨਾ ਨੁਕਸਾਨ ਸੋਚਦੇ ਆ ਕਿ ਹੋ ਜਾਵੇ ਉਹਨਾਂ ਹੀ ਥੋੜਾ ਹੈ ਉਹਨਾਂ ਲਈ। ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਲਈ ਇਹ ਵੀ ਇੱਕ ਨਵੀਂ ਮੁਸੀਬਤ ਬਣ ਜਾਏਗਾ ਜਿਹੜਾ ਜੇਲ੍ਹ ਵਾਲਾ ਰਿਕਾਰਡ ਆ। ਵੈਸੇ ਸੁਖਬੀਰ ਸਿੰਘ ਬਾਦਲ ਕੋਸ਼ਿਸ਼ ਤੇ ਕਰਦਾ ਪਿਆ ਜਿਸ ਤਰੀਕੇ ਨਾਲ ਗ੍ਰਿਫਤਾਰੀਆਂ ਦਿੰਦਾ ਕਿ ਮੇਰਾ ਵੀ ਕੋਈ ਥੋੜਾ ਜਿਹਾ ਰਿਕਾਰਡ ਬਣ ਜਾਵੇ, ਪਰ ਮੇਰੇ ਖਿਆਲ ਦੇ ਨਾਲ ਜਿਹੜਾ ਬਾਪੂ ਨੇ ਰਿਕਾਰਡ ਕਾਇਮ ਕੀਤਾ ਕਿ 4 ਸਾਲ ਕੱਟ ਕੇ ਤੇ 13 ਸਾਲ ਜਿਹੜੀ ਹੈ ਨਾਲ ਐਕਸਟਰਾ ਹੀ ਜੋੜ ਦਿੱਤੀ, ਇਹੋ ਜਿਹਾ ਰਿਕਾਰਡ ਨਹੀਂ ਟੁੱਟਣਾ ਮੇਰੇ ਖਿਆਲ ਦੇ। ਦਾਦੂਵਾਲ ਕਈ ਦਿਨਾਂ ਦੀ ਚਰਚਾ ਚੱਲ ਰਹੀ ਪਈ ਸੀਗੀ ਕਿ ਬਲਜੀਤ ਸਿੰਘ ਦਾਦੂਵਾਲ ਹੋਰਾਂ ਦੇ ਖਿਲਾਫ ਜਿਹੜੀ ਆ IT ਨੇ ਥੋੜੀ ਬਹੁਤ ਜਾਂਚ ਪੜਤਾਲ ਸ਼ੁਰੂ ਕੀਤੀ ਆ, ਫਿਰ ਇੱਕ ਅੰਗਰੇਜ਼ੀ ਅਖਬਾਰ ਨੇ ਪੱਕੇ ਤੌਰ ਤੇ ਮੋਹਰ ਹੀ ਲਾ ਦਿੱਤੀ ਕਿ ਵਾਕਿਆ ਹੀ ਜਾਂਚ ਪੜਤਾਲ ਜਿਹੜੀ ਚੱਲਦੀ ਪਈ ਆ। ਤੁਹਾਨੂੰ ਯਾਦ ਹੋਣਾ ਸੁਖਬੀਰ ਸਿੰਘ ਬਾਦਲ ਨੇ ਫਿਰ 2 ਮਹੀਨੇ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕਰਕੇ ਬਕਾਇਦਾ ਇੱਕ ਲਿਸਟ ਜਾਰੀ ਕੀਤੀ ਸੀ ਜਿਹਦੇ ਵਿੱਚ ਅਕਾਊਂਟ ਜਾਰੀ ਕੀਤੇ ਸੀ, ਜਿਹਦੇ ਵਿੱਚ ਰਕਮ ਜਾਰੀ ਕੀਤੀ ਸੀਗੀ ਕਿ ਇਹਨਾਂ ਅਕਾਊਂਟਾਂ ਦੇ ਵਿੱਚ ਇੰਨੀ ਰਕਮ ਆਈ ਆ। ਤੇ ਉਹ ਤਾਂ ਫਿਗਰ ਪਤਾ ਨਹੀਂ ਗਾ ਕਿ ਐਗਜੈਕਟ ਓਨਾ ਹੀ ਆ, ਪਰ ਇਸ ਸਮੇਂ ਦੱਸਿਆ ਜਾ ਰਿਹਾ ਕਿ ਪਿਛਲੇ 6 ਸਾਲਾਂ ਦੌਰਾਨ 2 ਬੈਂਕ ਖਾਤਿਆਂ 'ਚ 20 ਕਰੋੜ ਰੁਪਈਏ ਦਾ ਲੈਣ ਦੇਣ ਹੋਇਆ, ਜਿਹੜਾ ਕਿ ਕੇਂਦਰੀ ਜਾਂਚ ਪੜਤਾਲ ਏਜੰਸੀਆਂ ਦੀ ਅੱਖ ਦੇ ਵਿੱਚ ਹੁਣ ਰੜਕਦਾ ਪਿਆ। ਕੁਛ ਪੈਸੇ ਆ ਜਿਹੜੇ ਉਹ ਚੈੱਕ ਦੇ ਥਰੂ ਆਏ ਆ, ਕੁਛ ਨਕਦੀ ਦੇ ਥਰੂ ਜਾਂ ਕੁਛ ਹੋਰ ਵਸੀਲਿਆਂ ਦੇ ਥਰੂ, ਤਾਂ ਇਹ ਸਾਰਾ ਕੁਛ ਆਇਆ। 2 ਗੱਡੀਆਂ ਦੱਸਦੇ ਆ ਕਿ ਬਠਿੰਡੇ 'ਚ ਕਢਾਈਆਂ ਗਈਆਂ ਮਹਿੰਗੀਆਂ ਗੱਡੀਆਂ। ਤਾਂ ਇਸ ਕਰਕੇ ਹੁਣ ਬਲਜੀਤ ਸਿੰਘ ਦਾਦੂਵਾਲ ਜੀ ਆ ਜਿਹੜੇ ਉਹ ਥੋੜੀ ਜਿਹੀ ਮੁਸ਼ਕਲ ਦੇ ਵਿੱਚ ਆ। ਇਨਕਮ ਟੈਕਸ ਨੇ ਦੱਸਦੇ ਆ ਕਿ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਆ ਇਸ ਮਾਮਲੇ 'ਤੇ। ਦੇਖੋ ਕੁਛ ਲੋਕ ਇਹ ਵੀ ਹਵਾਲਾ ਦਿੰਦੇ ਆ ਕਿ ਬਰਗਾੜੀ ਦਾ ਮੋਰਚਾ ਜਿਹੜਾ ਉਹਨੂੰ ਤਾਰੋ ਪੀਡੋ ਕਰਨ ਲਈ ਕੇਂਦਰੀ ਏਜੰਸੀਆਂ ਇਸ ਉਹੋ ਜਿਹੀ ਚਾਲ ਚੱਲਦੀਆਂ ਕਿ ਇਸ ਮਾਮਲੇ ਤੇ ਥੋੜਾ ਜਿਹਾ ਮੋੜਾ ਘਟਾ ਦਿੱਤਾ ਜਾਵੇ। ਪਰ ਕੁਛ ਲੋਕ ਮੰਨ ਕੇ ਚੱਲਦੇ ਪਏ ਆ ਕਿ ਤੱਥ ਇਹ ਬੋਲਦੇ ਆ ਕਿ ਲੈਣ ਦੇਣ ਹੋਇਆ ਵਾ। ਪਰ ਦਾਦੂਵਾਲ ਸਾਹਿਬ ਜਦੋਂ ਵੀ ਸਫਾਈ ਦੇਣ ਆਉਂਦੇ ਆ ਤੇ ਉਹ ਆਪਣੀ ਸਫਾਈ ਦਾ ਜਿਹੜਾ ਮੁੱਖ ਬਿੰਦੂ ਹੁੰਦਾ ਤੱਥਾਂ ਦੀ ਥਾਂ ਤੇ ਉਹ ਸੁਖਬੀਰ ਬਾਦਲ ਨੂੰ ਰੱਖ ਲੈਂਦੇ ਆ ਜਾਂ ਵੱਧ ਤੋਂ ਵੱਧ ਵਿਕਰਮ। ਤਾਂ ਮੇਰੇ ਖਿਆਲ ਦੇ ਨਾਲ ਹੁਣ ਸਮਾਂ ਆ ਗਿਆ ਕਿ
ਉਹ ਠੋਸ ਰੂਪ ਦੇ ਵਿੱਚ ਉੱਥੇ ਸੰਗਤ ਦੇ ਸਾਹਮਣੇ ਸਫਾਈ ਪੇਸ਼ ਕਰਨ ਸਭ ਤੋਂ ਪਹਿਲਾਂ ਕੀ ਮਾਦਰਾ ਕੀ ਮਸਲਾ, ਕਿਉਂਕਿ ਇਹ ਚੀਜ਼ ਜਿਹੜੀ ਆ ਦੇਖੋ ਇਹ ਸੱਚੇ ਆ ਜਾਂ ਏਜੰਸੀਆਂ ਸੱਚੀਆਂ ਉਹ ਬਾਅਦ ਦੀ ਗੱਲ ਆ, ਪਰ ਇਹ ਚੀਜ਼ ਦੇ ਜ਼ਰੀਏ ਬਰਗਾੜੀ ਮੋਰਚਾ ਜਿਹੜਾ ਸਮੁੱਚਾ ਮੋਰਚਾ ਜਿਹੜਾ ਸੰਗਤ ਦਾ ਮੋਰਚਾ ਇਸ ਸਮੇਂ ਦਾ ਉਹ ਕੋਈ ਰੁੱਖ ਹੋਰ ਵੀ ਕੱਟ ਸਕਦਾ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸਭ ਤੋਂ ਪਹਿਲਾਂ ਇਹ ਸੰਗਤ 'ਚ ਜਾ ਕੇ ਆਪਣੀ ਸਫਾਈ ਪੇਸ਼ ਕਰਨ, ਕਿਉਂਕਿ ਸੰਗਤ ਸਭ ਤੋਂ ਵੱਡਾ ਹੈ ਨਾ ਇਸ ਸਮੇਂ। ਤਾਂ ਕਹੀਏ ਜੇ ਸਿੱਖੀ ਦੇ ਵਿੱਚ ਕੋਈ ਸੰਕਲਪ ਆ ਤਾਂ ਸੰਗਤ ਦਾ ਸੰਕਲਪ ਬਹੁਤ ਵੱਡਾ, ਤਾਂ ਇਹਨਾਂ ਲਈ ਉਹ ਸੰਕਲਪ ਮੇਰੇ ਖਿਆਲ ਦੇ ਨਾਲ ਏਜੰਸੀਆਂ ਤੋਂ ਵੀ ਵੱਡਾ, ਤੇ ਜਾ ਕੇ ਦੱਸ ਸਕਦੇ ਆ ਕਿ ਭਾਈ ਆਹ ਮਾਮਲਾ ਆਹ ਮਾਜਰਾ ਕਿੱਥੋਂ ਪੈਸਾ ਆਇਆ ਕਿੱਥੇ ਵਰਤਿਆ, ਤਾਂ ਉਹ ਜਿਹੜੀ ਜਾ ਕੇ ਉਹ ਜਾਣਕਾਰੀ ਦੇਣ ਤੇ ਸੰਗਤ ਨੂੰ, ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਦੀ ਵੀ ਹਿੱਤ ਕਰੀ ਹੋਊਗੀ। ਮਸਲਾ ਜਿਹੜਾ ਇਹ ਥੋੜਾ ਜਿਹਾ ਉਹਨੂੰ ਉਲਝ ਗਿਆ ਬਲਜੀਤ ਸਿੰਘ ਦਾਦੂਵਾਲ ਹੈ ਜਿਹੜੇ, ਉਹ ਗੱਲਾਂ ਨਾਲ ਨਹੀਂ ਛੁੱਟ ਸਕਦੇ, ਸਫਾਈ ਉਹਨਾਂ ਨੂੰ ਦੇਣੀ ਪਊਗੀ ਕੇਂਦਰੀ ਏਜੰਸੀਆਂ ਨੂੰ ਵੀ ਸੰਗਤ ਨੂੰ। ਜੀ ਜੀ ਜੀ, ਅਗਲੀ ਗੱਲ ਕਰਦੇ, ਕਹਿੰਦੇ ਹਨੀਪ੍ਰੀਤ ਨੇ ਕੀਤੀ ਜੇਲ੍ਹ ਬਦਲ ਜਾਣ ਦੀ ਗੁਜ਼ਾਰਿਸ਼। ਦੇਖੋ ਏਦਾਂ ਕਿੱਦਾਂ ਜੇਲ੍ਹਾਂ ਬਦਲ ਹੋਣਗੀਆਂ, ਉਹ ਤਾਂ ਬੀਬੀ ਗੱਲ ਨੂੰ ਕਹਿ ਦੂਗੀ ਕਿ ਮੈਂ ਉੱਥੇ ਗੁਫਾ ਦੇ ਵਿੱਚ ਹੀ ਨਜ਼ਰਬੰਦ ਹੋ ਕੇ ਕੈਦ ਕੱਟ ਲੈਣੀ ਹੈ। ਸੋ ਜੇਲ੍ਹ ਪ੍ਰਬੰਧਨ ਨੇ ਵੇਖਣਾ ਕਿ ਕਿਹਦੀ ਜੇਲ੍ਹ ਬਦਲੀ ਕੀਤੀ ਜਾਣੀ ਚਾਹੀਦੀ ਹੈ, ਕਿਹਦੀ ਜੇਲ੍ਹ ਬਦਲੀ ਨਾ ਕੀਤੀ ਜਾਵੇ। ਵੈਸੇ ਦੋ ਚੀਜ਼ਾਂ ਨੇ, ਇੱਕ ਤੇ ਇਹ ਆ ਕਿ ਬੀਬੀ ਹਨੀਪ੍ਰੀਤ ਨੇ ਜਾ ਕੇ ਤੇ ਅਰਜ਼ੀ ਪਾਈ ਆ ਕਿ ਮੇਰੀ ਜੇਲ੍ਹ ਬਦਲੀ ਕਰ ਦਿੱਤੀ ਜਾਵੇ, ਤੇ ਜੇਲ੍ਹ ਦੀ ਜਿਹੜੀ ਉਹਨੇ ਬਦਲੀ ਮੰਗੀ ਆ ਉਹ ਜੇਲ੍ਹ ਬਦਲੀ ਸੁਨਰੀਆ ਜੇਲ੍ਹ ਦੀ, ਸੁਨਰੀਆ ਦੇ ਵਿੱਚ ਹੁਣ ਕੌਣ ਆ ਦੱਸਣ ਦੀ ਲੋੜ ਨਹੀਂ ਆ। ਸੋ ਇਸ ਬੀਬੀ ਨੇ ਜਿੱਥੇ ਗੁਰਮੀਤ ਰਾਮ ਬੰਦ ਆ ਉੱਥੇ ਹੀ ਕਿਹਾ ਕਿ ਮੈਨੂੰ ਵੀ ਸ਼ਿਫਟ ਕਰ ਦਿੱਤਾ ਜਾਵੇ। ਹਾਲਾਂਕਿ ਇਹ ਮੈਂ ਤੁਹਾਨੂੰ ਦੱਸ ਦੇਵਾਂ ਕਿ ਜਨਾਨਾ ਤੇ ਮਰਦਾਨਾ ਜੇਲ੍ਹ ਹੈ ਜਿਹੜੀ ਉਹ ਵੱਖ ਹੁੰਦੀ ਆ, ਇਹ ਨਹੀਂ ਆ ਕਿ ਇੱਕ ਜੇਲ੍ਹ ਦੇ ਵਿੱਚ ਹੀ ਸਾਰੇ ਤੁਰੇ ਫਿਰਦੇ ਆ। ਸੋ ਦੂਜੀ ਚੀਜ਼ ਇਹ ਆ ਕਿ ਖੁਦ ਜਿਹੜਾ ਡੇਰਾ ਮੁਖੀ ਆ ਉਹਨੇ ਵੀ ਇੱਕ ਅਰਜ਼ੀ ਪਾਈ ਆ। ਹੁਣ ਉਹਨੇ ਅਰਜ਼ੀ ਇਹ ਨੀ ਪਾਈ ਕਿ ਮੈਨੂੰ ਅੰਬਾਲੇ ਚ ਭੇਜ ਦਿਓ, ਉਹਨੇ ਅਰਜ਼ੀ ਇਸ ਗੱਲ ਦੀ ਪਾਈ ਆ ਕਿ ਜਿੱਦਾਂ ਦੂਜੇ ਕੈਦੀ ਆਪਣੇ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆ ਟੈਲੀਫੋਨ ਤੇ, ਤਾਂ ਮੈਨੂੰ ਵੀ ਉਹ ਸਹੂਲੀਅਤ ਦਿੱਤੀ ਜਾਵੇ, ਕਿਉਂਕਿ ਹੁਣ ਤੱਕ ਇਹਦੀ ਸਹੂਲੀਅਤ ਲਾਗੂ ਨਹੀਂ ਕੀਤੀ ਗਈ। ਜਿੱਦਾਂ ਆਮ ਕੈਦੀ ਆ ਜਿਹੜੇ ਉਹ ਹਫ਼ਤੇ ਚ ਨਿਸ਼ਚਿਤ ਸਮੇਂ ਲਈ ਗੱਲਬਾਤ ਕਰ ਲੈਂਦੀ ਆ, ਤਾਂ ਇਹਨੇ ਅਰਜ਼ੀ ਪਾਈ ਆ ਕਿ ਮੈਨੂੰ ਇਹ ਸਹੂਲੀਅਤ ਦਿੱਤੀ ਜਾਵੇ, ਤਾਂ ਇਹਦੇ ਤੇ ਵੀ ਵਿਚਾਰ ਚੱਲਦਾ ਪਿਆ। ਹਾਲਾਂਕਿ ਪੁਸ਼ਟੀ ਕਰ ਦਿੱਤੀ ਆ ਜੇਲ੍ਹ ਮੰਤਰੀ ਨੇ, ਹਰਿਆਣੇ ਦਾ ਜਿਹੜਾ ਜੇਲ੍ਹ ਮੰਤਰੀ ਆ, ਕਿ ਹਨੀਪ੍ਰੀਤ ਨੇ ਇੱਦਾਂ ਦੀ ਅਰਜ਼ੀ ਦਿੱਤੀ ਆ, ਤਾਂ ਉਹਨਾਂ ਕਿਹਾ ਕਿ ਅਗਲਾ ਜਿਹੜਾ ਸਟੈਪ ਆ ਉਹ ਜੇਲ੍ਹ ਪ੍ਰਬੰਧਨ ਹੀ ਚੁੱਕੂਗਾ, ਤੇ ਮੇਰੇ ਖਿਆਲ ਦੇ ਨਾਲ ਜੇਲ੍ਹ ਪ੍ਰਬੰਧਨ ਕਦੇ ਵੀ ਇਸ ਤਰ੍ਹਾਂ ਦੀ ਮੰਗ ਹੈ ਜਿਹੜੀ ਪ੍ਰਵਾਨ ਨਹੀਂ ਕਰੂਗਾ। ਔਰ ਮੈਨੂੰ ਤੇ ਇਹ ਵੀ ਲੱਗਦਾ ਕਿ ਡੇਰਾ ਮੁਖੀ ਦੀ ਵੀ ਮੰਗ ਪ੍ਰਵਾਨ ਨਹੀਂ ਕੀਤੀ ਜਾਊਗੀ, ਕਿਉਂਕਿ ਤੁਹਾਨੂੰ ਯਾਦ ਹੋਣਾ ਆਸਾ ਰਾਮ ਨੂੰ ਇਸ ਤਰ੍ਹਾਂ ਦੀ ਸਹੂਲੀਅਤ ਦਿੱਤੀ ਗਈ ਸੀਗੀ, ਤਾਂ ਉਹਦੇ ਭਗਤਾਂ ਨੇ ਕੀ ਕੀਤਾ, ਉਹਦੀ ਕਾਲ ਰਿਕਾਰਡ ਕਰਕੇ ਔਰ ਫੇਸਬੁੱਕ ਜਿਹੜੇ ਪੇਜ ਹੁੰਦੇ ਆ ਉਹਨਾਂ ਤੇ ਲਾਈਵ ਕਰਨ ਤੋਂ ਇਲਾਵਾ ਸੰਗਤ ਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਅੱਜ ਬਾਬਾ ਜੀ ਇੰਨੇ ਵਜੇ ਲਾਈਵ ਹੋਣ, ਤਾਂ ਉਹ ਜਿਹੜੀ ਕਾਲ ਸੀਗੀ ਤਾਂ ਫੇਸਬੁੱਕ ਤੇ ਇਹਨਾਂ ਨੇ ਲਾਈਵ ਸਟ੍ਰੀਮ ਕਰ ਦਿੱਤੀ। ਤਾਂ ਉੱਥੋਂ ਫਿਰ ਜੇਲ੍ਹ ਪ੍ਰਬੰਧਨ ਨੇ ਆਖਿਆ ਕਿ ਇਹ ਬੰਦਾ ਤੇ ਕੱਲ ਨੂੰ ਇਹਨਾਂ ਦੇ ਭਗਤਾਂ ਨੂੰ ਜਿਹੜੇ ਇਹਨਾਂ ਦੇ ਭਗਤ ਆ ਅੰਨੇ ਭਗਤ ਆ ਉਹਨਾਂ ਨੂੰ ਕੋਈ ਪੁੱਠਾ ਸਿੱਧਾ ਜਿਹੜਾ ਮੈਸੇਜ ਦੇ ਦੂਗਾ, ਗੱਲ ਤੋੜ ਫੋੜ ਤੱਕ ਚਲੀ ਜਾ ਸਕਦੀ ਹੈ, ਤਾਂ ਉਹਨਾਂ ਨੇ ਉਹ ਸਹੂਲੀਅਤ ਵਾਪਸ ਲੈ ਲਈ ਸੀ। ਤਾਂ ਇੱਥੇ ਵੀ ਮਾਜਰਾ ਜਿਹੜਾ ਉਹ ਸੰਵੇਦਨਸ਼ੀਲ ਹੈ ਇਸ ਪੱਖੋਂ ਕਿ ਕੱਲ ਨੂੰ ਜੇ ਕੋਈ ਅਭੀ ਨਵੀ ਹੋਊਗੀ ਤੇ ਫਿਰ ਜ਼ਿੰਮੇਵਾਰ ਕੌਣ ਆ। ਜੀ ਜੀ ਜੀ, ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਹੁਣ ਗੁੜ ਬਣਾਉਣ ਵਾਲਿਆਂ ਦੀ ਆਵੇਗੀ ਸ਼ਾਮਤ। ਗੁੜ ਤੋਂ ਬਣਾਉਣ ਵਾਲਿਆਂ ਦੀ ਤਾਂ ਸ਼ਾਮਤ ਆ ਹੀ ਸੁਣੀ ਸੀਗੀ, ਤੇ ਹੁਣ ਗੁੜ ਵਾਲਿਆਂ ਦੀ ਸ਼ਾਮਤ ਆ ਗਈ ਕਮਾਲ ਆ, ਕਿਉਂਕਿ ਗੁੜ ਤੋਂ ਜਿਹੜੇ ਸ਼ਰਾਬ ਬਣਾਉਂਦੇ ਉਹਨਾਂ ਦੀ ਸ਼ਾਮਤ ਤੇ ਬੜੇ ਲੰਬੇ ਸਮੇਂ ਤੋਂ ਆਉਂਦੀ ਰਹੀ ਹੈ। ਖੈਰ ਇਹ ਜਿਹੜਾ ਗੁੜ ਆ ਨਾ, ਵੈਸੇ ਇਹ ਨੀ ਆ ਕਿ ਪਰਚੂਨ ਦੇ ਵਿੱਚ ਜਿਹੜੇ ਹੱਟਾਂ ਤੇ ਗੁੜ ਵੇਚਦੇ ਆ ਉਹਨਾਂ ਦੀ ਕੋਈ ਸ਼ਾਮਤ ਆ ਜਾਂਦੀ ਆ। ਤੁਸੀਂ ਜਦੋਂ ਚੰਡੀਗੜ੍ਹ ਤੋਂ ਬਾਹਰ ਨਿਕਲਦੇ ਹੋ ਤਾਂ ਵੱਖ ਵੱਖ ਹਾਈਵੇ ਤੇ ਦੇਖਿਆ ਹੋਣਾ ਕਲਾੜੇ ਲੱਗੇ ਆ,
ਜੀ ਤੇ ਉਹ ਸੜਕ ਦੇ ਕਿਨਾਰੇ ਤੇ ਗੁੜ ਬਣਾ ਕੇ ਤੱਤਾ ਤੱਤਾ ਨਾਲੇ ਲੋਕ ਖਾਧੀ ਜਾਂਦੇ ਨਾਲੇ ਮੁੱਲ ਖਰੀਦੀ ਜਾਂਦੇ ਆ, ਸ਼ੱਕਰ ਵੀ ਦਿੰਦੇ ਆ ਉਹ। ਤਾਂ ਉਹ ਜਿਹੜੇ ਕਲਾੜੇ ਲੱਗੇ ਆ ਇਹਨਾਂ ਨੇ ਸਖਤੀ ਦਾ ਐਲਾਨ ਕੀਤਾ ਉਹਨਾਂ ਤੇ ਕਿ ਇਹਨਾਂ ਤੇ ਸਖਤੀ ਕੀਤੀ ਜਾਊਗੀ, ਕਿਉਂਕਿ ਤੰਦਰੁਸਤ ਪੰਜਾਬ ਸਾਨੂੰ ਚਾਹੀਦਾ ਮਿਸ਼ਨ ਲੈ ਕੇ ਚੱਲੇ ਆ। ਤੇ ਕਹਿੰਦੇ ਕਿ ਗੁੜ ਆ ਜਿਹੜਾ ਉਹ ਅਸੀਂ ਰਸਾਇਣ ਮੁਕਤ ਕਰਨਾ ਵਾ। ਹੁਣ ਇਹ ਆਪਣੇ ਆਪ ਦੇ ਵਿੱਚ ਬੜੀ ਅਸਚਰਜ ਵਾਲੀ ਗੱਲ ਆ ਕਿ ਜੋ ਇੱਥੇ ਹਟਾਉਣ ਤੇ ਮਿਲਦਾ ਗੁੜ ਉਹ ਕਿਵੇਂ ਕਹਿ ਸਕਦੇ ਆ ਕਿ ਉਹ ਰਸਾਇਣ ਮੁਕਤ ਆ ਜੀ, ਕਿਉਂਕਿ ਉਹਨਾਂ ਦੇ ਤਾਂ ਕੋਈ ਸੈਂਪਲ ਹੀ ਨੀ ਭਰਦਾ। ਇਹਨਾਂ ਨੂੰ ਇਹਨਾਂ ਨੇ ਨਿਸ਼ਾਨੇ ਤੇ ਲੈ ਲਿਆ, ਕਿਉਂਕਿ ਲੋਕ ਇਹਨਾਂ ਤੋਂ ਬਹੁਤ ਜ਼ਿਆਦਾ ਗੁੜ ਖਰੀਦਿਆ। ਤਾਂ ਵਿਚਲੀ ਗੱਲ ਇਹ ਨਿਕਲਦੀ ਪਈ ਆ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਜਿਹੜਾ ਇਹਨਾਂ ਦਾ ਅਦਾਰਾ ਮਾਰਕ ਪੈਡ ਆ ਉਹਦੇ ਤੋਂ ਗੁੜ ਵਿਕਾਇਆ ਜਾਊਗਾ। ਤਾਂ ਕਿਉਂਕਿ ਇਹਨਾਂ ਦਾ ਗੁੜ ਆ ਜਿਹੜਾ ਉਹ ਬਹੁਤ ਵਿਕਦਾ ਆਸੇ ਪਾਸੇ, ਤਾਂ ਇਹਨਾਂ ਨੇ ਸ਼ਾਇਦ ਇਹੀ ਸੋਚ ਕੇ ਸਖਤੀ ਕੀਤੀ ਆ ਕਿ ਤੰਦਰੁਸਤ ਪੰਜਾਬ ਤੇ ਜਿਹੋ ਜਿਹਾ ਹੈਗਾ ਸੋ ਹੈਗਾ ਹੀ ਆ, ਤਾਂ ਇਹਨਾਂ ਤੇ ਸਖਤੀ ਕਰਕੇ ਮਾਰਕ ਫੈਡ ਨੂੰ ਮੈਦਾਨ ਚ ਉਤਾਰਿਆ ਜਾਵੇ। ਜਿਹੜਾ ਏਦਾਂ ਦਾ ਗੁੜ ਆ ਜਿਹੜਾ ਉਹ ਜਿਵੇਂ ਕਹਿ ਦਿੰਦੇ ਆ ਕਿ ਬੜਾ ਸ਼ੁੱਧ ਗੁੜ ਹੈ ਜੀ, ਤਾਂ ਉਹ ਸ਼ੁੱਧ ਗੁੜ ਪ੍ਰਚਾਰ ਕੇ ਮਾਰਕ ਫੈਡ ਨੂੰ ਇਸ ਮੈਦਾਨ ਚ ਉਤਾਰਿਆ ਜਾਵੇ। ਸੋ ਇੱਕ ਦਾ ਇਹ ਵੀ ਆ। ਔਰ ਦੂਜੀ ਚੀਜ਼ ਇਹ ਹੈ ਕਿ ਤੰਦਰੁਸਤ ਪੰਜਾਬ, ਤੰਦਰੁਸਤ ਪੰਜਾਬ ਦਾ ਰਾਗ ਅਲਾਪਣ ਵਾਲੇ ਜਿਹੜੇ ਪਾਸੇ ਹੋਣ ਦੀ ਜ਼ਰੂਰਤ ਹੈ ਉੱਧਰ ਹੁੰਦੇ ਨਹੀਂ ਹੈ, ਕਿਉਂਕਿ ਸਭ ਤੋਂ ਜ਼ਿਆਦਾ ਮਿਲਾਵਟ ਇਸ ਵੇਲੇ ਨੁਕਸਾਨ ਕਰਦੀ ਪਈ ਆ ਦੁੱਧ ਦੀ। ਇਹਨਾਂ ਨੇ ਚਾਰ ਕੁ ਦਿਨ ਧਾਤਾ ਧਾਤਾ ਕੀਤੀ ਸੀਗੀ, ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਤੰਦਰੁਸਤ ਪੰਜਾਬ ਹੈ ਉਹ ਸ਼ਾਇਦ ਬਿਮਾਰ ਹੀ ਹੋ ਗਿਆ। ਇਹਨਾਂ ਨੇ ਉਸ ਤੋਂ ਬਾਅਦ ਉਹ ਮੁਹਿੰਮ ਹੈ ਜਿਹੜੀ ਉਹ ਆਪ ਹੀ ਲਕਵਾ ਗ੍ਰਸਤ ਕਰਕੇ ਤੇ ਖੁੱਡੇ ਲੈਣ ਲਾ ਦਿੱਤੀ। ਜ਼ਰੂਰਤ ਇਸ ਗੱਲ ਦੀ ਹੈ ਕਿ ਦੁੱਧ ਜਿਹੜਾ ਕਿ ਇੱਕ ਛੋਟੇ ਜਿਹੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਦੇ ਗੱਲ ਦੇ ਥੱਲੇ ਉੱਤਰਦਾ, ਉਸ ਦੁੱਧ ਨੂੰ ਰੋਕਿਆ ਜਾਵੇ ਜਿਹੜਾ ਕਿ ਸਿੰਥੈਟਿਕ ਰੂਪ ਦੇ ਵਿੱਚ ਬਹੁਤ ਜ਼ਿਆਦਾ ਵਿਕਦਾ ਪਿਆ। ਖੈਰ ਗੁੜ ਨੂੰ ਰੋਕ ਲੈਣ, ਪਰ ਜ਼ਰੂਰਤ ਇਸ ਗੱਲ ਦੀ ਹੈ ਕਿ ਦੁੱਧ ਨੂੰ ਵੀ ਰੋਕਿਆ ਜਾਵੇ। ਔਰ ਮੈਂ ਤੇ ਇਹ ਕਹਿੰਦਾ ਕਿ ਜਿਹੜੇ ਬੰਦੇ ਇੰਨਾ ਰੁਜ਼ਗਾਰ ਆਪਦਾ ਪੈਦਾ ਕਰਕੇ ਬੈਠੇ ਆ ਇਹਨਾਂ ਨੂੰ ਯਕਦਮ ਉਜਾੜਿਆ ਨਹੀਂ ਜਾਣਾ ਚਾਹੀਦਾ, ਪਹਿਲਾਂ ਸੈਂਪਲ ਲੈਣੇ ਚਾਹੀਦੇ ਆ। ਜੇ ਮੰਨ ਲਓ ਕੋਈ ਹੇਰ ਫੇਰ ਕਰਦੇ ਫਿਰ ਤੇ ਠੀਕ ਆ, ਤੇ ਜੇ ਉਹਨਾਂ ਦਾ ਗੁੜ ਠੀਕ ਆ ਐਵੇਂ ਧੱਕੇ ਨਾਲ ਆਪਦੀ ਮੁਨਾਫਾਖੋਰੀ ਲਈ ਉਹਨਾਂ ਨੂੰ ਉਜਾੜਿਆ ਜਾ ਰਿਹਾ ਤਾਂ ਫਿਰ ਗਲਤ ਗੱਲ ਆ। ਜੀ ਜੀ ਜੀ, ਤੇ ਬਹੁਤ ਬਹੁਤ ਮਿੰਟੋ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ, ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।